ਕੋਈ MLA ਕੋਈ ਮੰਤਰੀ ਕੋਈ ਮੁੱਖ ਮੰਤਰੀ ਗਾਲੀ ਗਲੋਚ ਕਰੇ ਕਿਉਂ? ਆਹ ਬਜਟ ਸੈਸ਼ਨ ਹੈ ਜਿਹੜਾ 12 ਤਰੀਕ ਤੋਂ ਸ਼ੁਰੂ ਹੋ ਰਿਹਾ ਹੈ, ਇਹਦੇ ਇਹਨੂੰ ਲਾਈਵ ਦਿਖਾਓ, ਜੇ ਨਹੀਂ ਦਿਖਾਓਗੇ ਤਾਂ ਮੈਂ ਦੁਬਾਰਾ ਕੋਰਟ ਦਾ ਦਰਵਾਜ਼ਾ ਖੜਕਾਉਂ। ਦੋਨੋਂ ਹਾਊਸਿਸ 7 ਵਿਧਾਨ ਸਭਾ ਹਰਿਆਣਾ ਦੀ ਵਿਧਾਨ ਸਭਾ ਦਿਖਾ ਸਕਦੀ ਹੈ, ਅਤੇ ਸਾਡੇ ਵਾਲੇ ਕਿਉਂ ਲੁਕਾਉਂਦੇ ਨੇ? ਜਿੱਥੇ ਇੱਕ ਪਾਸੇ MP ਇਲੈਕਸ਼ਨ ਲੋਕ ਸਭਾ ਚੋਣਾਂ ਨੂੰ ਲੈ ਕੇ ਸਰਗਰਮੀ ਕਾਫੀ ਹੋ ਰਹੀ ਹੈ ਚੰਡੀਗੜ੍ਹ ਪੰਜਾਬ 'ਚ, ਉੱਥੇ ਹੀ ਦੂਜੇ ਪਾਸੇ ਅਮਨ ਅਰੋੜਾ ਜੀ ਅੱਜ ਪੰਜਾਬ ਦੇ ਵਿਧਾਨ ਸਭਾ ਸਪੀਕਰ ਨੂੰ ਮਿਲ ਕੇ ਆਪਣੀ ਕੁਛ ਡਿਮਾਂਡ ਰੱਖੇ ਆਏ ਨੇ। ਅਮਨ ਅਰੋੜਾ ਜੀ ਸਾਡੇ ਨਾਲ ਮੌਜੂਦ ਨੇ। ਅਰੋੜਾ ਸਾਹਿਬ, ਕੀ ਡਿਮਾਂਡ ਹੈ ਤੁਹਾਡੀ? ਦੇਖੋ, ਅਸੀਂ ਆਮ ਆਦਮੀ ਪਾਰਟੀ ਦੇ MLAs ਦੇ ਨਾਲ ਅੱਜ ਸਪੀਕਰ ਪੰਜਾਬ ਵਿਧਾਨ ਸਭਾ ਨੂੰ ਮਿਲੇ ਹਾਂ। ਪਿਛਲੇ ਦਿਨੀ 2 ਸਾਲਾਂ ਦੇ ਵਿੱਚ ਅਸੀਂ ਸਪੀਕਰ ਸਾਹਿਬ ਨੂੰ ਕਈ ਵਾਰੀ ਰਿਪ੍ਰੈਜੈਂਟੇਸ਼ਨ ਦਿੱਤੀਆਂ ਕਿ ਕਿਉਂਕਿ ਪੰਜਾਬ ਅਸੈਂਬਲੀ ਹੈ ਜਿਹੜੀ ਉਹ ਪੰਜਾਬ ਦੇ ਲੋਕਾਂ ਦੇ ਟੈਕਸਾਂ ਦੇ ਪੈਸੇ ਨਾਲ ਚੱਲਦੀ ਹੈ, ਸੋ ਪੰਜਾਬ ਦੇ ਲੋਕਾਂ ਨੂੰ ਪੂਰਾ ਹੱਕ ਹੈ ਕਿ ਉਹ ਦੇਖ ਸਕਣ ਕਿ ਉਹਨਾਂ ਦੇ ਚੁਣੇ ਹੋਏ ਨੁਮਾਇੰਦੇ ਵਿਧਾਨ ਸਭਾ ਦੇ ਅੰਦਰ ਉਹਨਾਂ ਦੀ ਗੱਲ ਕਰਦੇ ਵੀ ਨੇ ਜਾਂ ਸਿਰਫ ਆਪਸ ਦੇ ਵਿੱਚ ਤਾਨੇ ਮਿਹਣੇ ਦੇ ਕੇ ਜਾਂ ਸਿਆਸੀ ਰੋਟੀਆਂ ਸੇਕ ਕੇ ਵਾਪਸ ਆ ਜਾਂਦੇ ਨੇ। ਸਪੀਕਰ ਸਾਹਿਬ ਨੂੰ ਕਈ ਵਾਰੀ ਰਿਪ੍ਰੈਜੈਂਟੇਸ਼ਨ ਦਿੱਤੀ, ਨਹੀਂ ਅਸਰ ਹੋਇਆ ਹੈਗਾ। ਉਸ ਤੋਂ ਬਾਅਦ 2 ਵਾਰੀ ਮੈਂ ਲੀਗਲ ਨੋਟਿਸ ਦਿੱਤਾ, ਫਿਰ ਹਾਰ ਕੇ ਮੈਂ PIL ਪੰਜਾਬ ਐਂਡ ਹਰਿਆਣਾ ਹਾਈਕੋਰਟ ਦੇ ਵਿੱਚ ਪਾਈ, ਅਤੇ ਹਾਈਕੋਰਟ ਨੇ ਇਹ ਡਾਇਰੈਕਸ਼ਨ ਦਿੱਤੀਆਂ ਸਪੀਕਰ ਸਾਹਿਬ ਨੂੰ ਕਿ ਤੁਸੀਂ ਜਲਦ ਤੋਂ ਜਲਦ ਅਮਨ ਦੀ ਇਸ ਪਟੀਸ਼ਨ ਦਾ ਫੈਸਲਾ ਕਰੋ, ਔਰ ਮੈਨੂੰ ਲਿਬਰਟੀ ਦਿੱਤੀ ਕਿ ਜੇ ਫੈਸਲਾ ਤੁਹਾਡੇ ਮੁਤਾਬਕ ਸਪੀਕਰ ਸਾਹਿਬ ਨਹੀਂ ਕਰਦੇ ਹੈਗੇ ਤਾਂ ਮੈਂ ਦੁਬਾਰਾ ਸੁਪਰੀਮ ਕੋਰਟ ਦਾ ਅਤੇ ਹਾਈਕੋਰਟ ਦਾ ਮੈਂ ਦਰਵਾਜ਼ਾ ਖੜਕਾ ਸਕਾਂ। ਸੋ ਉਸੇ ਸੰਬੰਧ ਦੇ ਵਿੱਚ ਅੱਜ ਅਸੀਂ ਸਪੀਕਰ ਸਾਹਿਬ ਨੂੰ ਮਿਲੇ, ਕਿਉਂਕਿ ਇਹ ਬਜਟ ਸੈਸ਼ਨ ਆ ਰਿਹਾ, ਪੰਜਾਬ ਦੇ ਲੋਕਾਂ ਦਾ ਪੂਰਾ ਹੱਕ ਬਣਦਾ ਉਹਨਾਂ ਉਹ ਦੇਖ ਸਕਣ ਕਿ ਪੰਜਾਬ ਦਾ ਬਜਟ ਹੈ ਜਿਹੜਾ ਉਹਨਾਂ ਦੀ ਇੱਛਾ ਮੁਤਾਬਕ ਖਰਚਿਆ ਜਾ ਰਿਹਾ ਹੈ ਕਿ ਨਹੀਂ ਜਾ ਰਿਹਾ ਹੈਗਾ, ਕੀ ਉਹਨਾਂ ਦੀਆਂ ਮੰਗਾਂ ਨੇ, ਕੌਣ ਚੱਕਦਾ ਕੌਣ ਨਹੀਂ ਚੱਕਦਾ। ਸੋ ਇਸ ਵਾਸਤੇ ਅਸੀਂ ਸਪੀਕਰ ਸਾਹਿਬ ਨੂੰ ਮਿਲਿਆ, ਔਰ ਅਸੀਂ ਇੱਕ ਮੁਹਿੰਮ ਹੈ ਜਿਹੜੀ #ਮੇਰੀ ਵਿਧਾਨ ਸਭਾ ਮੇਰਾ ਹੱਕ, ਅਸੀਂ ਉਹ ਵੀ ਸ਼ੁਰੂ ਕਰਨ ਜਾ ਰਹੇ ਹਾਂ ਸੋਸ਼ਲ ਮੀਡੀਆ ਦੇ ਉੱਪਰ, ਤਾਂ ਕਿ ਲੋਕ ਜੇ ਦੇਖ ਸਕਦੇ ਨੇ ਦੋਨੋਂ ਪਾਰਲੀਮੈਂਟ ਦੇ ਸੈਸ਼ਨ, 7 ਸਟੇਟ ਅਸੈਂਬਲੀ ਜੇ ਦਿਖਾ ਸਕਦੀਆਂ ਨੇ। ਆਹ ਨਾਲ ਦੀ ਇਸੇ ਬਿਲਡਿੰਗ ਦੇ ਵਿੱਚ ਹਰਿਆਣਾ ਨੇ ਪਿਛਲੇ ਦਿਨੀ ਆਪਦਾ ਪੂਰੇ ਦਾ ਪੂਰਾ ਸੈਸ਼ਨ ਹੈ ਜਿਹੜਾ ਉਹ ਸਵੇਰ ਤੋਂ ਲੈ ਕੇ ਸ਼ਾਮ ਤੱਕ ਉਹ ਲਾਈਵ ਦਿਖਾਇਆ। ਫਿਰ ਅਸੀਂ ਲੋਕ ਇੰਨੇ ਪੜਦੇ ਕਿਉਂ ਪਾ ਰਹੇ ਹਾਂ, ਲੋਕਾਂ ਤੋਂ ਕਿਉਂ ਲੁਕੋ ਰਹੇ ਹਾਂ? ਸੋ ਇਸ ਮਕਸਦ ਦੇ ਨਾਲ ਅਸੀਂ ਇਹ ਸਪੀਕਰ ਸਾਹਿਬ ਨੂੰ ਮਿਲੇ ਹਾਂ, ਔਰ ਉਹਨਾਂ ਨੂੰ ਅਸੀਂ ਸਪਸ਼ਟ ਕਿਹਾ ਕਿ ਅਸੀਂ ਚਾਹੁੰਦੇ ਹਾਂ ਕਿ ਸਪੀਕਰ ਸਾਹਿਬ ਤੁਸੀਂ ਇਹ ਫੈਸਲਾ ਕਰ ਦਿਓ, ਜੇ ਉਹ ਨਹੀਂ ਕਰਨਗੇ ਅਸੀਂ ਲੋਕਾਂ ਦੇ ਵਿੱਚ ਵੀ ਜਾਵਾਂਗੇ, ਔਰ ਮੈਨੂੰ ਚਾਹੇ ਉਹਦੇ ਲਈ ਚਾਹੇ ਹਾਈਕੋਰਟ ਜਾਂ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਉਣਾ ਪਵੇ। ਅਸੀਂ ਜਦੋਂ ਤੱਕ ਲੋਕ ਸਾਨੂੰ ਅੰਦਰ ਉਹਨਾਂ ਦੇ ਮਸਲੇ ਚੱਕ ਕੇ ਮੁੱਦੇ ਚੱਕਦੇ ਨਹੀਂ ਦੇਖਦੇ ਕਿ ਉਹ ਤੱਕ ਚੁੱਪ ਕਰਕੇ ਨਹੀਂ ਬੈਠਾਂਗੇ। ਔਰ ਮੈਂ ਮੰਨ ਕੇ ਚੱਲਦਾ ਕਿ ਜੇ ਅਸੀਂ ਜਦੋਂ ਕੈਮਰੇ ਦੀ ਨਜ਼ਰ ਦੇ ਹੇਠ ਹੋਵਾਂਗੇ, MLA ਚਾਹੇ ਵਿਰੋਧੀ ਧਿਰ ਦੇ ਨੇ ਅਤੇ ਚਾਹੇ ਸੱਤਾਧਾਰੀ ਧਿਰ ਦੇ ਨੇ, ਜਦੋਂ ਅਸੀਂ ਲੋਕਾਂ ਦੀਆਂ ਨਜ਼ਰਾਂ ਦੇ ਹੇਠ ਹੋਵਾਂਗੇ ਤਾਂ ਸਾਡੇ ਲੋਕਾਂ ਦੀ ਜਿਹੜੀ MLAs ਦੀ ਵਰਕਿੰਗ ਹੈ ਜਿਹੜੀ ਉਹ ਵਧੀਆ ਹੋ ਜਾਏਗੀ, ਲੋਕਾਂ ਦੇ ਮਸਲੇ ਚੱਕਣੇ ਸ਼ੁਰੂ ਕਰ ਦੇਣਗੇ, ਔਰ ਜਿਹੜੇ ਤਾਨੇ ਮਿਹਣੇ ਆਪਸ ਦੇ ਵਿੱਚ ਟਾਈਮ ਬਰਬਾਦ ਕਰਦੇ ਨੇ MLAs ਅੰਦਰ, ਉਹ ਨਹੀਂ ਹੋਊਗਾ, ਉਹ ਬੰਦ ਹੋ ਜੂਗਾ। ਸੋ ਪ੍ਰੋਡਕਟਿਵ ਕੰਮ ਹੈ ਜਿਹੜਾ ਉਹ ਵਿਧਾਨ ਸਭਾ ਦੇ ਅੰਦਰ ਹੋਣਾ। ਤੁਹਾਡੀ ਡਿਮਾਂਡ ਹੈ ਕਿ ਜਿਹੜਾ ਕਿ ਜਿਵੇਂ ਕਿ ਬਜਟ ਇਜਲਾਸ ਆਉਣ ਵਾਲਾ ਹੈ ਅਤੇ ਜਿੰਨੀ ਵੀ ਵਿਧਾਨ ਸਭਾ ਦੀ ਜਿਹੜੀ ਕਾਰਵਾਈ ਹੈ ਉਹ ਲਾਈਵ ਦਿਖਾਈ ਜਾਵੇ, ਅਤੇ ਇਹਦੇ ਨਾਲ ਤੁਹਾਨੂੰ ਨਹੀਂ ਲੱਗਦਾ ਇਸਦੇ ਉੱਤੇ ਵੀ ਫਰਕ ਪਏਗਾ ਜਿਹੜੇ ਕਿ ਅੰਦਰ ਗਾਲੀ ਗਲੋਚ ਵਗੈਰਾ ਵੀ ਕਈ ਵਾਰੀ ਹੋ ਜਾਂਦੀ ਹੈ, ਆਪ ਸ਼ਬਦ ਯੂਜ਼ ਕਰਦੇ ਨੇ? ਮੈਂ ਕਹਿੰਦਾ ਬਿਲਕੁਲ ਫਰਕ ਪਊਗਾ। ਸਵਾਲ ਇਹ ਹੈ ਕਿ ਪੰਜਾਬ ਦੀ ਸਭ ਤੋਂ ਵੱਡੀ ਔਰ ਪਵਿੱਤਰ ਪੰਚਾਇਤ ਦੇ ਵਿੱਚ ਕੋਈ MLA ਕੋਈ ਮੰਤਰੀ ਕੋਈ ਮੁੱਖ ਮੰਤਰੀ ਗਾਲੀ ਗਲੋਚ ਕਰੇ ਕਿਉਂ? ਅਸੀਂ ਇੱਥੇ ਗਾਲੀ ਗਲੋਚ ਕਰਨ ਕਰਕੇ ਸਾਨੂੰ 2-2 ਲੱਖ ਲੋਕਾਂ ਦੀਆਂ ਵੋਟਾਂ ਲੈ ਕੇ ਆਉਂਦੇ ਹਾਂ, ਇੱਥੇ ਗਾਲੀ ਗਲੋਚ ਕਰਨ ਵਾਸਤੇ ਥੋੜ੍ਹਾ ਆਉਂਦੇ ਹਾਂ, ਅਸੀਂ ਲੋਕਾਂ ਦੇ ਮਸਲੇ ਚੱਕਣ ਵਾਸਤੇ ਆਉਂਦੇ ਹਾਂ। ਮਸਲੇ ਕਈ ਬੰਦੇ 5-7 ਕੁ ਬੰਦੇ ਇਹੋ ਜਿਹੇ ਨੇ ਮਸਲੇ ਚੱਕਦੇ ਨਹੀਂ ਹੈਗੇ, ਤਾਨੇ ਮਿਹਣੇ ਦੇ ਕੇ ਗਾਲੀ ਗਲੋਚ ਕਰਕੇ ਘਰਾਂ ਨੂੰ ਮੁੜ ਜਾਂਦੇ ਨੇ ਔਰ ਐਡਜਰਨ ਹੋ ਜਾਂਦਾ ਹਾਊਸ। ਔਰ ਜੇ ਮੈਂ ਇਹ ਮੰਨ ਕੇ ਚੱਲਦਾ ਕਿ ਜੇ ਅਲਾਓ ਹੋ ਜਾਂਦਾ ਤੁਸੀਂ ਕੈਮਰੇ ਲਾ ਕੇ ਉੱਪਰ ਬੈਠੇ ਹੋਵੋਗੇ ਅਤੇ ਲੋਕ ਸਾਨੂੰ ਦੇਖ ਰਹੇ ਹੋਣਗੇ ਅਤੇ ਗਾਲੀ ਗਲੋਚ ਬਿਲਕੁਲ ਬੰਦ ਹੋ ਜੂਗਾ। ਚੰਗੀ ਪੋਜ਼ਿਟਿਵ ਪ੍ਰੋਡਕਟਿਵ ਗੱਲ ਹੈ ਜਿਹੜੀ ਲੋਕਾਂ ਦੇ ਲੋਕ ਮੁੱਦੇ ਨੇ ਜਿਹੜੇ ਉਹ ਲੋਕਾਂ ਨੇ ਗੱਲ ਕਰਨੀ ਸ਼ੁਰੂ ਕਰ ਦਿੰਦੇ ਨੇ, ਕਿਉਂਕਿ ਪਤਾ ਵੀ ਸੀ ਲੋਕ ਸਾਨੂੰ ਦੇਖ ਰਹੇ ਨੇ। ਅਤੇ ਤੁਹਾਡੀ ਇਸ ਡਿਮਾਂਡ 'ਤੇ ਕਿ ਆਪਣਾ ਰੀਡਰ ਸਾਹਿਬ ਦਾ ਸਪੀਕਰ ਸਾਹਿਬ ਦਾ ਕੀ ਪ੍ਰਤੀਕਿਰਿਆ ਸੀ? ਦੇਖੋ, ਸਪੀਕਰ ਸਾਹਿਬ ਨੇ ਵਿਸ਼ਵਾਸ ਦਵਾਇਆ ਕਿ ਤੁਹਾਡੀ ਜਿਹੜੀ ਗੱਲ ਹੈ ਉਹ ਬੜੀ ਜੈਨੂਨ ਹੈ, ਬੜੀ ਜਾਇਜ਼ ਔਰ ਬੜੀ ਲੌਜੀਕਲ ਹੈ। ਜੇ ਪਾਰਲੀਮੈਂਟ ਦੋਨੋਂ ਹਾਊਸਿਸ 7 ਵਿਧਾਨ ਸਭਾ ਹਰਿਆਣਾ ਦੀ ਵਿਧਾਨ ਸਭਾ ਦਿਖਾ ਸਕਦੀ ਹੈ ਤਾਂ ਸਾਡੇ ਵਾਲੇ ਕਿਉਂ ਲੁਕਾਉਂਦੇ ਨੇ? ਉਹਨਾਂ ਨੇ ਬੜਾ ਪੋਜ਼ਿਟਿਵ ਸਾਨੂੰ ਰਿਸਪੌਂਸ ਦਿੱਤਾ ਔਰ ਉਹਨਾਂ ਨੂੰ ਬੜਾ ਅਸੀਂ ਸਪਸ਼ਟ ਕਿਹਾ ਕਿ ਆਹ ਬਜਟ ਸੈਸ਼ਨ ਹੈ ਜਿਹੜਾ 12 ਤਰੀਕ ਤੋਂ ਸ਼ੁਰੂ ਹੋ ਰਿਹਾ ਹੈ, ਇਹਦੇ ਇਹਨੂੰ ਲਾਈਵ ਦਿਖਾਓ, ਜੇ ਨਹੀਂ ਦਿਖਾਓਗੇ ਤਾਂ ਮੈਂ ਦੁਬਾਰਾ ਕੋਰਟ ਦਾ ਦਰਵਾਜ਼ਾ ਖੜਕਾਉਂਗਾ। ਉਹਨਾਂ ਨੂੰ ਇਹ ਗੱਲ ਕਲੀਅਰ ਹੋ ਗਈ ਹੈ, ਮੈਂ ਸਮਝਦਾ ਕਿ ਇੱਕ ਪੋਜ਼ਿਟਿਵ ਆਊਟਕਮ ਹੈ ਜਿਹੜਾ, ਚੰਗਾ ਉਸਾਰੂ ਸੁਚੱਜਾ ਪੋਜ਼ਿਟਿਵ ਰਿਸਪੌਂਸ ਹੈ ਜਿਹੜਾ ਉਹਨਾਂ ਵੱਲੋਂ ਸਾਨੂੰ ਇੱਕ ਦਿਨ ਦੇ ਵਿੱਚ ਹੀ ਮਿਲੇਗਾ। ਪਰ ਮੈਂ ਨਾਲ ਮੀਡੀਆ ਦਾ ਖਾਸ ਤੌਰ 'ਤੇ ਔਰ ਪੰਜਾਬ ਦੇ ਲੋਕਾਂ ਨੂੰ ਮੈਂ ਬੇਨਤੀ ਕਰੂੰਗਾ ਕਿ ਇਹਦੇ ਵਿੱਚ ਲੋਕਾਂ ਨੂੰ ਪਾਰਟੀਸਪੇਟ ਕਰਨਾ ਚਾਹੀਦਾ, ਉਹ ਆਪਦੇ ਹਲਕੇ ਦੇ MLAਆਂ ਕੋਲ ਜਾਣ, ਉਹਨਾਂ ਨੂੰ ਕਹਿਣ ਕਿ ਜਾ ਕੇ ਤੁਸੀਂ ਵੀ ਸਪੀਕਰ ਨੂੰ ਕਹੋ, ਕਿਉਂਕਿ ਉਹ ਆਪਦੇ MLA ਦੀ ਜੇ ਭੂਮਿਕਾ ਦੇਖਣੀ ਚਾਹੁੰਗੇ ਤਾਂ ਫਿਰ ਆਹੀ ਇੱਕ ਤਰੀਕਾ ਹੈ।
ਸੋ ਇਸ ਕਰਕੇ ਉਹਨਾਂ ਨੇ ਪੋਜ਼ਿਟਿਵ ਰਿਸਪੌਂਸ ਸਾਨੂੰ ਦਿੱਤਾ। ਅਰੋੜਾ ਸਾਹਿਬ, ਲੋਕ ਸਭਾ ਚੋਣਾਂ ਆਉਣ ਵਾਲੀਆਂ ਨੇ ਅਤੇ ਨਾਲ ਹੀ ਨਾਲ ਦਾਅਵੇਦਾਰੀਆਂ ਹਰ ਕੋਈ ਆਪਣੀ ਜਾ ਕੇ ਪਾਰਟੀ ਦੇ ਅੱਗੇ ਰੱਖ ਰਿਹਾ। ਕੱਲ੍ਹ ਹੀ ਕੁਲਬੀਰ ਜ਼ੀਰਾ ਨੇ ਵੀ ਆਪਣੀ ਦਾਅਵੇਦਾਰੀ ਰੱਖੀ ਹੈ ਕਾਂਗਰਸ ਪਾਰਟੀ ਦੇ ਅੱਗੇ, ਅਤੇ ਉਸ ਤੋਂ ਪਹਿਲਾਂ ਉਹਦੇ ਪਿਤਾ ਜੀ ਨੇ ਵੀ ਆਪਣੀ ਦਾਅਵੇਦਾਰੀ ਰੱਖੀ ਹੈ। ਤੁਹਾਨੂੰ ਨਹੀਂ ਲੱਗਦਾ ਕਿ ਇੱਕੋ ਹੀ ਪਰਿਵਾਰ 'ਚ ਦੋ ਦਾਅਵੇਦਾਰੀਆਂ, ਇਸ ਚੀਜ਼ ਨੂੰ ਤੁਸੀਂ ਕੀ ਵੇਖਦੇ ਹੋ? ਦੇਖੋ, ਇਹ ਤਾਂ ਮੈਂ ਸਮਝਦਾ ਕਿ ਕਾਂਗਰਸ ਦਾ ਕਲਚਰ ਹੈ। ਮੈਂ ਕਿਸੇ ਦੇ ਉੱਪਰ ਟਿੱਪਣੀ ਨਹੀਂ ਕਰਨੀ ਚਾਹੂੰਗਾ। ਉਹ ਜੋ ਵੀ ਕਰਨਾ ਚਾਹੁੰਦੇ ਨੇ, ਹਰੇਕ ਡੈਮੋਕ੍ਰੇਸੀ ਦੇ ਵਿੱਚ ਹਰੇਕ ਬੰਦੇ ਨੂੰ ਆਪਦੀ ਪਾਰਟੀ ਤੋਂ ਮੰਗਣ ਦਾ ਹੱਕ ਹੁੰਦਾ ਹੈ, ਪਰ ਇਹ ਕਾਂਗਰਸ ਦੇ ਵਿੱਚ ਇੱਕ ਕਲਚਰ ਬਣ ਚੁੱਕਿਆ ਕਿ ਫੈਮਿਲੀ ਵਾਈਜ਼ ਉਹ ਅੱਗੇ ਦੀ ਅੱਗੇ ਅੱਗੇ ਚੱਲਦਾ ਰਹਿੰਦਾ। ਸੋ ਇਸੇ ਕਰਕੇ ਉਹਨਾਂ ਨੇ ਪੱਖ ਰੱਖਿਆ। ਆਈ ਵਿਸ਼ ਦੇਮ ਆਲ ਦਾ ਬੈਸਟ। ਧੰਨਵਾਦ ਜੀ। ਆ ਸੀਗੇ ਸਾਡੇ ਨਾਲ ਅਮਨ ਅਰੋੜਾ, ਜਿਨ੍ਹਾਂ ਨੇ ਹੁਣੇ ਹੀ ਵਿਧਾਨ ਸਭਾ ਸਪੀਕਰ ਦੇ ਅੱਗੇ ਇੱਕ ਆਪਣੀ ਡਿਮਾਂਡ ਰੱਖੀ ਹੈ ਕਿ ਵਿਧਾਨ ਸਭਾ ਜਿੰਨੀ ਵੀ ਕਾਰਵਾਈ ਹੈ ਉਹ ਸਾਰੀ ਮੀਡੀਆ ਦੇ ਰਾਹੀਂ ਟੀਵੀ 'ਤੇ ਲਾਈਵ ਦਿਖਾਈ ਜਾਵੇ। ਕੈਮਰਾਮੈਨ ਦੀਪਕ ਦੇ ਨਾਲ ਅਨਮੋਲ ਸਿੰਘ ਗੁਲਾਟੀ, ਦੈਨਿਕ ਸਵੇਰਾ, ਚੰਡੀਗੜ੍ਹ।